ਨਸ਼ਾ ਵੇਚ ਬਣਾਈ ਸੀ ਸੰਪਤੀ, ਪੁਲਿਸ ਨੇ ਕੀਤੀ ਕਾਰਵਾਈ। 12 ਲੱਖ ਤੋਂ ਵੱਧ ਦੀ ਜਾਇਦਾਦ ਨੂੰ ਕੀਤਾ ਗਿਆ ਸੀਲ। ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਨਸ਼ਾ ਤਸਕਰ ਦੇ ਵੱਲੋਂ ਬਣਾਈ ਗਈ ਸੰਪਤੀ ਤੇ ਪੁਲਿਸ ਨੇ ਐਕਸ਼ਨ ਕੀਤਾ ਹੈ। 12 ਲੱਖ ਤੋਂ ਵੀ ਵੱਧ ਦੀ ਕੀਮਤ ਦੀ ਇਹ ਜੋ ਜਾਇਦਾਦ ਸੀ ਉਸ ਨਸ਼ਾ ਤਸਕਰ ਦੀ, ਉਸ ਨੂੰ ਹੁਣ ਸੀਲ ਕਰ ਦਿੱਤਾ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਦੀ ਮਾਤਰਾ ਦੇ ਵਿੱਚ ਉਸ ਤਸਕਰ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਜੋ ਨੇ ਬਰਾਮਦ ਕੀਤੀਆਂ ਗਈਆਂ ਸੀ ਅਤੇ ਉਕਤ ਨਕਸ਼ਾ ਤਸਕਰ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ ਅਤੇ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਅਤੇ ਹੁਣ ਕੋਰਟ ਦੇ ਆਦੇਸ਼ਾਂ ਤੇ ਹੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਸ਼ਾ ਤਸਕਰ ਦੀ ਜੋ ਜਾਇਦਾਦ ਸੀ ਉਸ ਨੂੰ ਸੀਲ ਕਰ ਲਿਆ ਗਿਆ ਅਤੇ 12 ਲੱਖ ਤੋਂ ਵੀ ਵੱਧ ਦੀ ਜੋ ਉਸਦੀ ਕੀਮਤ ਹੈ ਜਾਇਦਾਦ ਦੀ, ਉਹ ਦੱਸੀ ਜਾ ਰਹੀ ਹੈ। ਮੌਕੇ ਤੇ ਪੁਲਿਸ ਦੇ ਜੋ ਅਧਿਕਾਰੀ ਨੇ ਉਹ ਪਹੁੰਚਦੇ ਨੇ ਅਤੇ ਨਸ਼ਾ ਤਸਕਰ ਦੀ ਜੋ ਜਾਇਦਾਦ ਸੀ ਉਸਨੂੰ ਸੀਲ ਕਰ ਦਿੱਤਾ ਜਾਂਦਾ। ਹਾਲਾਂਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹੇ ਨਸ਼ਾ ਤਸਕਰਾਂ ਦੇ ਕਾਰਨ ਹੀ ਪੰਜਾਬ ਦਾ ਭਵਿੱਖ ਖਰਾਬ ਹੋ ਰਿਹਾ ਹੈ ਅਤੇ ਅਸੀਂ ਹੋਰਨਾਂ ਲੋਕਾਂ ਨੂੰ ਵੀ ਇਹ ਚੇਤਾਵਨੀ ਦਿੰਦੇ ਹਾਂ ਕਿ ਜੋ ਪੰਜਾਬ ਦੇ ਭਵਿੱਖ ਦੇ ਨਾਲ ਅਜਿਹੀਆਂ ਖਿਲਵਾੜ ਵਾਲੀਆਂ ਹਰਕਤਾਂ ਕਰਨਗੇ ਤਾਂ ਉਹਨਾਂ ਵਿਰੁੱਧ ਕਾਰਵਾਈ ਹੋਏਗੀ। ਅਤੇ ਫਿਲਹਾਲ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦੀ ਸੰਪਤੀ ਨੂੰ ਸੀਲ ਕਰ ਦਿੱਤਾ ਗਿਆ ਹੈ। 2020 ਦੇ ਵਿੱਚ ਗੁਰਜੀਤ ਸਿੰਘ ਉਰਫ ਡਾਕਟਰ ਰਾਜੂ ਉਹਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ NDPS ਜਿਹਦੇ ਵਿੱਚ ਕਰੀਬ 6000 ਗੋਲੀ ਉਹਦੇ ਕੋਲੋਂ ਫੜੀ ਗਈ ਸੀ ਔਰ 6000 ਕਰੀਬ ਹੋਰ ਬਰਾਮਦ ਹੋਈ ਸੀ। ਟੋਟਲ ਕਰੀਬ 1,12,000 ਗੋਲੀ ਸਾਡੀ ਜਿਹੜੀ ਬਰਾਮਦ ਕਰਾ ਕੇ ਜਿਹੜਾ ਉਹ ਮੁਕੱਦਮਾ ਅਸੀਂ ਕੋਰਟ ਦੇ ਵਿੱਚ ਦਿੱਤਾ, ਜਿਹੜਾ ਕੋਰਟ ਦੇ ਵਿੱਚ ਅੱਜ ਵੀ ਚੱਲ ਰਿਹਾ। ਉਹਦੇ ਸੰਬੰਧ ਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ਪ੍ਰੋਪਰਟੀ ਫਰੀਜ਼ ਕਰਾਈ ਆ, ਉਹਦੇ ਜਿਹੜੇ ਆਰਡਰ ਸਾਨੂੰ ਮਿਲ ਚੁੱਕੇ ਆ ਉਹੀ ਆਰਡਰ ਅਸੀਂ ਜਿਹੜਾ ਉਹਨਾਂ ਦੇ ਘਰ ਦੇ ਬਾਹਰ ਲਾਏ। ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਔਰ ਸਤਰਕ ਵੀ ਕਰਨਾ ਚਾਹੁੰਦਾ ਨਸ਼ਾ ਵਿਕਰੇਤਾ ਨੂੰ, ਜਿਹੜਾ ਜ਼ਹਿਰ ਤੁਸੀਂ ਵੇਚ ਰਹੇ ਹੋ, ਜਿਹੜਾ ਜ਼ਹਿਰ ਵੇਚ ਕੇ ਤੁਸੀਂ ਆਪਣੇ ਬੱਚਿਆਂ ਲਈ ਰੋਟੀ ਕਮਾ ਰਹੇ ਹੋ, ਉਹ ਜ਼ਹਿਰ ਤੁਹਾਡੇ ਬੱਚਿਆਂ ਦੀ ਵੀ ਅੱਗੇ ਆਊਗਾ। ਇਹ ਜਿਹੜੀ ਅੱਜ ਅਸੀਂ ਪ੍ਰੋਪਰਟੀ ਸੀਜ਼ ਕੀਤੀ ਆ, ਜੇਕਰ ਇਸ ਬੰਦੇ ਨੇ ਸਹੀ ਤਰੀਕੇ ਕਮਾਈ ਕਰਕੇ ਘਰ ਬਣਾਇਆ ਹੁੰਦਾ, ਆਪਣੇ ਬੱਚਿਆਂ ਲਈ ਰੋਟੀ ਕਮਾਈ ਹੁੰਦੀ, ਤਾਂ ਇਹ ਘਰ ਉਹਨਾਂ ਦੇ ਬੱਚਿਆਂ ਦਾ ਭਵਿੱਖ ਹੁੰਦਾ। ਪਰ ਹੁਣ ਇਹ ਜਿਹੜੀ ਪ੍ਰੋਪਰਟੀ ਆ, ਇਹ ਜਿਹੜਾ ਘਰ ਆ, ਇਹ ਸਰਕਾਰੀ ਆ, ਨਾ ਤਾਂ ਇਹਨੂੰ ਵੇਚ ਸਕਦਾ ਔਰ ਨਾ ਹੀ ਇਹਨੂੰ ਕੋਈ ਖਰੀਦ। ਕਰੀਬ 12,70,000 ਦੀ ਪ੍ਰੋਪਰਟੀ ਹੈ ਸਰਕਾਰੀ ਅਨੁਮਾਨ ਮੁਤਾਬਕ ਜਿਹੜੀ ਅਸੀਂ ਇਹ ਫਰੀਜ਼ ਕੀਤੀ। ਦੇਖੋ ਜੀ, ਅੱਜ ਅਸੀਂ ਇਹ ਜਿਹੜੀ ਕਾਰਵਾਈ ਕੀਤੀ ਆ, ਲੋਕਾਂ ਨੂੰ ਇਸ ਚੀਜ਼ ਨੂੰ ਸਮਝਣਾ ਪਊਗਾ, ਕਿਉਂਕਿ ਦੇਖੋ ਕਿਸੇ ਵੀ ਕੰਮ ਨੂੰ ਦੇਖ ਕੇ, ਸੌਖੀ ਕਮਾਈ ਨੂੰ ਦੇਖ ਕੇ ਦੂਸਰਾ ਬੰਦਾ ਵੀ ਉਸ ਤਰੀਕੇ ਨਾਲ ਕਮਾਈ ਕਰਨਾ ਚਾਹੁੰਦਾ। ਸੋ ਪਿੰਡ ਟਵਾਣਾ ਕਲਾਂ ਦੇ ਵਿੱਚ ਕਾਫੀ ਲੋਕ ਆ ਜਿਹੜਾ ਨਸ਼ੇ ਦਾ ਕੰਮ ਕਰਦੇ ਆ, ਜਿਨ੍ਹਾਂ ਦੇ ਖਿਲਾਫ ਅਸੀਂ ਸਮੇਂ ਸਮੇਂ 'ਤੇ ਮੁਕੱਦਮੇ ਦਰਜ ਕੀਤੇ ਆ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਉਹਨਾਂ ਦੀ ਵੀ ਪ੍ਰੋਪਰਟੀ ਆ ਜਿਹੜੀ ਫਰੀਜ਼ ਕਰਾ ਕੇ ਉਹਨਾਂ ਦੇ ਖਿਲਾਫ ਵੀ ਕਰਦੇ ਸਾਂ। ਕੀ ਚੇਤਾਵਨੀ? ਦੇਖੋ ਜੀ, ਅਸੀਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਦੇ ਰਹਿੰਦੇ ਹਾਂ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਇਸ ਕੰਮ ਤੋਂ ਗੁਰੇਜ਼ ਆ ਜਾਓ, ਬਾਜ਼ ਆ ਜਾਓ, ਕਿਉਂਕਿ ਤੁਸੀਂ ਪੰਜਾਬ ਦਾ ਭਵਿੱਖ ਖਰਾਬ ਕਰ ਰਹੇ ਹੋ, ਨਾਲ ਤੁਹਾਡਾ ਵੀ ਭਵਿੱਖ ਖਰਾਬ ਹੋ ਰਿਹਾ। ਤੁਹਾਡੇ ਬੱਚੇ ਵੀ ਇਸ ਕੰਮ ਲਈ ਤੁਹਾਨੂੰ ਜ਼ਿੰਮੇਵਾਰ ਠਹਿਰਾਉਣਗੇ ਕਿ ਤੁਸੀਂ ਗਲਤ ਕੰਮ ਕਰਕੇ ਜਿਹੜੀ ਪ੍ਰੋਪਰਟੀ ਬਣਾਈ ਸੀ ਉਹ ਸਰਕਾਰ ਨੇ ਫਰੀਜ਼ ਕਰ ਲਈ ਆ, ਨਾ ਤਾਂ ਉਹ ਤੁਹਾਡੇ ਕੰਮ ਆਈ ਔਰ ਨਾ ਹੀ ਉਹ ਸਾਡੇ ਕੰਮ ਆਈ। ਇਸ ਲਈ ਉਹ ਬਾਕੀਆਂ ਦੇ ਨਾਲ ਨਾਲ ਆਪਣੇ ਬੱਚਿਆਂ ਦੇ ਵੀ ਗੁਨਾਹਗਾਰ।